ਬਾਹਰ ਸੀਗਾ ਫਿਰ ਨਹੀਂ ਨਹੀਂ ਸਰ ਗਾਰਡ ਚ ਫਾਈਲ ਆ ਫਿਰ ਤੁਸੀਂ ਫੋਨ ਕੀਤਾ ਕਿਸੇ ਨੇ ਨਹੀਂ ਨਹੀਂ ਲੱਗ ਰਿਹਾ ਸੀਗਾ ਕਿ ਸਟਾਫ ਜਿਹੜਾ ਉਹਦੀ ਘਾਟ ਹੁੰਦੀ ਹੈ ਤਾਂ ਜਦੋਂ ਛੁੱਟੀ ਹੋਣ ਵੇਲੇ ਜਾਂ ਪਹਿਲਾਂ ਸਟਾਫ ਦਫ਼ਤਰਾਂ ਦੇ ਵਿੱਚ ਨਹੀਂ ਰਹਿੰਦਾ ਸਰ ਅਸੀਂ ਭਰ ਰਹੇ ਹਾਂ ਜੀ ਪਿਛਲੇ 8-9 ਮਹੀਨੇ ਦੇ ਵਿੱਚ ਅਸੀਂ ਕੋਈ 22,000 ਨਿਯੁਕਤੀ ਪੱਤਰ ਦਿੱਤੇ ਨੇ PSPCL 'ਚ ਵੀ ਕਾਫੀ ਨਿਯੁਕਤੀ ਪੱਤਰ ਦਿੱਤੇ ਨੇ ਅੱਜ ਅਸੀਂ ਇੱਥੇ ਜਿਹੜਾ ਨਵਾਂ ਸ਼ਹਿਰ ਦਾ ਬਿਜਲੀ ਦਫ਼ਤਰ ਆ ਉਹਦੇ ਵਿੱਚ ਹਾਜ਼ਰੀ ਨੂੰ ਇਨਸ਼ੋਰ ਕਰਨ ਵਾਸਤੇ ਇੱਥੇ ਅਚਨਚੇਤ ਵਿਜ਼ਿਟ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਟਾਫ ਸਾਰਾ ਹਾਜ਼ਰ ਆ ਕਿਉਂਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਥਾਵਾਂ 'ਤੇ ਗਿਆ ਸੀਗਾ ਮੈਨੂੰ ਬੜੀ ਲੱਗ ਰਿਹਾ ਸੀਗਾ ਕਿ ਸਟਾਫ ਜਿਹੜਾ ਉਹਦੀ ਘਾਟ ਹੁੰਦੀ ਹੈ ਤਾਂ ਜਦੋਂ ਛੁੱਟੀ ਹੋਣ ਵੇਲੇ ਜਾਂ ਪਹਿਲਾਂ ਸਟਾਫ ਦਫ਼ਤਰਾਂ ਦੇ ਵਿੱਚ ਨਹੀਂ ਰਹਿੰਦਾ ਪਰ ਇੱਥੇ ਸਾਰਾ ਸਟਾਫ ਜਿਹੜਾ ਆ ਉਹ ਹਾਜ਼ਰ ਪਾਇਆ ਗਿਆ ਔਰ ਇੱਕ ਅਸੀਂ ਇੰਸਟਰਕਸ਼ਨਸ ਜਾਰੀ ਕੀਤੀਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਕਿ ਛੋਟੇ ਛੋਟੇ ਵੱਖ ਵੱਖ ਰਜਿਸਟਰ ਲਾਏ ਹੁੰਦੇ ਸੀਗੇ ਉਹ ਸਾਰੇ ਹੀ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ PSPCL ਦੇ ਦਫ਼ਤਰ ਨੇ ਉਹਨਾਂ ਦੇ ਵਿੱਚ ਅਸੀਂ ਇੱਕ ਰਜਿਸਟਰ ਕਰ ਦਿੱਤਾ ਬਕਾਇਦਾ ਮੂਵਮੈਂਟ ਰਜਿਸਟਰ ਮੇਨਟੇਨ ਕੀਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਜੇਕਰ ਕਿਸੇ ਅਧਿਕਾਰੀ ਨੇ ਕਰਮਚਾਰੀ ਨੇ ਦਫ਼ਤਰ ਤੋਂ ਬਾਹਰ ਜਾਣਾ ਹੈ ਅਤੇ ਉਹ ਆਪਣਾ ਰੀਜ਼ਨ ਲਿਖ ਕੇ ਜਾਵੇ ਮੂਵਮੈਂਟ ਰਜਿਸਟਰ ਦੇ ਵਿੱਚ ਪਾ ਕੇ ਜਾਵੇ ਸੋ ਇਹ ਮੂਵਮੈਂਟ ਰਜਿਸਟਰ ਇੱਥੇ ਫੁੱਲੀ ਮੇਨਟੇਨ ਨੇ ਔਰ ਜਿਹੜਾ ਵੀ ਕੋਈ ਕਰਮਚਾਰੀ ਕਿਸੇ ਕੰਮ ਗਿਆ ਉਹਨੂੰ ਮੂਵਮੈਂਟ ਦੇ ਵਿੱਚ ਦਰਜ ਕੀਤਾ ਗਿਆ ਸੋ ਇਹ ਜਿਹੜਾ ਅਚਨਚੇਤ ਚੈੱਕ ਵਿਜ਼ਿਟ ਆ ਉਹ ਆਲਮੋਸਟ ਸਾਰੇ ਦਫ਼ਤਰਾਂ ਦੇ ਵਿੱਚ ਜਾਰੀ ਰਹੂਗੀ ਔਰ ਅਸੀਂ ਹਾਜ਼ਰੀ ਨੂੰ ਕੰਮ ਨੂੰ ਪੂਰੀ ਤਰ੍ਹਾਂ ਇਨਸ਼ੋਰ ਕਰਾਂਗੇ ਸਰ ਅਸੀਂ ਭਰ ਰਹੇ ਹਾਂ ਜੀ ਪਿਛਲੇ 8-9 ਮਹੀਨੇ ਦੇ ਵਿੱਚ ਅਸੀਂ ਕੋਈ 22,000 ਨਿਯੁਕਤੀ ਪੱਤਰ ਦਿੱਤੇ ਨੇ PSPCL 'ਚ ਵੀ ਕਾਫੀ ਨਿਯੁਕਤੀ ਪੱਤਰ ਦਿੱਤੇ ਨੇ ਹੋਰ ਵੀ ਪ੍ਰਕਿਰਿਆ ਜਿਹੜੀ ਆ ਉਹ ਚੱਲ